ਆਸਟ੍ਰੇਲੀਆ ਗਈ ਭਾਰਤ ਦੀ ਇੱਕ ਜੂਨੀਅਰ ਹਾਕੀ ਟੀਮ ਨੇ ਖਿਡਾਰਨਾਂ ਨੂੰ ਭਾਰਤੀ ਕੌਂਸਲੇਟ ਦੇ ਅਫਸਰਾਂ ਦੀ ਬੇਸ਼ਰਮੀ ਦਾ ਸ਼ਿਕਾਰ ਹੋਣਾ ਪਿਆ। ਦਰਅਸਲ ਭਾਰਤ ਦੀਆਂ ਕੁੜੀਆਂ ਇੱਕ ਜੂਨੀਅਰ ਹਾਕੀ ਟੀਮ ਆਸਟ੍ਰੇਲੀਆ ਭੇਜੀ ਗਈ ਸੀ, ਪਰ ਉੱਥੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗਰਾਊਂਡ ਤੱਕ ਪਹੁੰਚਾਉਣ ਦੇ ਲਈ ਟੈਕਸੀ ਤੱਕ ਵੀ ਮੁਹੱਈਆ ਨਹੀਂ ਕਰਵਾਈ ਗਈ। ਇਸ ਦੇ ਕਰਕੇ ਕੁੜੀਆਂ ਮੈਚ ਤੋਂ ਪਛੜ ਗਈਆਂ ਅਤੇ ਉਹਨਾਂ ਦਾ ਮੈਚ ਵੀ ਰਹਿ ਗਿਆ ਸੀ। ਤਾਂ ਉਸ ਸਮੇਂ ਜਦੋਂ ਭਾਰਤ ਅੰਬੈਸੀ ਦੀ ਵਜ੍ਹਾ ਕਰਕੇ ਭਾਰਤ ਦੀਆਂ ਖਿਡਾਰਨਾਂ ਵਿਦੇਸ਼ ਵਿੱਚ ਸੜਕਾਂ ਤੇ ਖੜੀਆਂ ਆਪਣੀ ਸਰਕਾਰ ਦੀ ਬੇਰੁਖੀ ਤੇ ਰੋ ਰਹੀਆਂ ਸਨ ਅਤੇ ਚਿੰਤਾ ਵੀ ਸਨ, ਤਾਂ ਉੱਥੋਂ ਦੀ ਲੰਘ ਰਹੇ ਇੱਕ ਸਿੱਖ ਟੈਕਸੀ ਡਰਾਈਵਰ ਨੇ ਐਡਲੇਡ ਸਿੱਖ ਸੁਸਾਇਟੀ ਸਹਿਯੋਗ ਦੇ ਨਾਲ ਇਹਨਾਂ ਕੁੜੀਆਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਖੇਡ ਗਰਾਊਂਡ ਤੱਕ ਪਹੁੰਚਾਉਣ ਦੇ ਲਈ ਨਾ ਸਿਰਫ ਟਰਾਂਸਪੋਰਟ ਮੁਹੱਈਆ ਕਰਵਾਈ, ਸਗੋਂ ਇਹਨਾਂ ਭੁੱਖੜ ਪਾਣੀਆਂ ਨੂੰ ਖਾਣਾ ਖਵਾਇਆ ਅਤੇ ਹੋਰ ਵੀ ਮਦਦ ਕੀਤੀ। ਦਰਅਸਲ ਖੇਡਾਂ ਵਿੱਚ ਸ਼ੈਲਡਿੰਗ ਲਈ ਦੁਨੀਆ ਭਰ ਵਿੱਚ ਮਸ਼ਹੂਰ ਆਸਟ੍ਰੇਲੀਆ ਵਿੱਚ ਭਾਰਤੀ ਕੁੜੀਆਂ ਦਾ ਫਿਰ ਤੋਂ ਅਪਮਾਨ ਹੋਇਆ ਅਤੇ ਇਹ ਅਪਮਾਨ ਆਸਟ੍ਰੇਲੀਆ ਕਰਕੇ ਨਹੀਂ, ਭਾਰਤ ਦੀ ਉੱਥੋਂ ਦੀ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੀ ਬੇਰੁਖੀ ਕਰਕੇ ਹੋਇਆ। ਇਹ ਪੂਰਾ ਮਾਮਲਾ ਇੱਕ ਵੀਡੀਓ ਵਿੱਚ ਸਾਹਮਣੇ ਆਉਣ ਤੇ ਪਤਾ ਲੱਗਾ। ਇਸ ਵਿੱਚ ਭਾਰਤ ਨਾਲ ਆਸਟ੍ਰੇਲੀਆ ਵਿੱਚ ਸਕੂਲ ਪੱਧਰ ਤੇ ਖੇਡਣ ਲਈ ਜੂਨੀਅਰ ਵੂਮਨ ਹਾਕੀ ਪਲੇਅਰਸ ਨੂੰ ਮੈਚ ਦੌਰਾਨ ਸਟੇਡੀਅਮ ਤੱਕ ਲੈ ਜਾਣ ਲਈ ਕੋਈ ਵੀ ਟਰਾਂਸਪੋਰਟ ਮੁਹੱਈਆ ਨਹੀਂ ਕਰਵਾਈ ਗਈ, ਜਿਸ ਦੀ ਨਾਰਾਜ਼ਗੀ ਦਿਖਾਈ ਗਈ। ਹਾਕੀ ਖਿਡਾਰਨਾਂ ਦਾ ਕਹਿਣਾ ਸੀ ਕਿ ਟਰਾਂਸਪੋਰਟ ਛੱਡੋ ਇੱਥੋਂ ਤੱਕ ਕਿ ਵੀਡੀਓ ਵਿੱਚ ਹਾਕੀ ਖਿਡਾਰਨਾਂ ਦਾ ਕਹਿਣਾ ਸੀ ਕਿ ਟਰਾਂਸਪੋਰਟ ਛੱਡੋ ਇੱਥੋਂ ਤੱਕ ਕਿ ਠੀਕ ਢੰਗ ਦਾ ਖਾਣਾ ਵੀ ਨਹੀਂ ਮਿਲਦਾ। ਉਹਨਾਂ ਇਹ ਵੀ ਦੱਸਿਆ ਕਿ ਹੋਟਲ ਵਿੱਚ ਉਹ ਤਿਆਰ ਬੈਠੀਆਂ ਸਨ, ਟੈਕਸੀ ਦਾ ਇੰਤਜ਼ਾਰ ਕਰ ਰਹੀਆਂ ਸਨ ਤਾਂ ਜੋ ਸਟੇਡੀਅਮ ਵਿੱਚ ਜਾ ਸਕੀਏ, ਪਰ ਆਖਰ ਮੌਕੇ ਤੇ ਕਿਹਾ ਕਿ ਮੈਟਰੋ ਵਿੱਚ ਜਾਣਾ ਹੋਵੇਗਾ ਅਤੇ ਉਹ ਮੈਟਰੋ ਵਿੱਚ 1 ਘੰਟੇ ਦਾ ਸਫ਼ਰ ਕਰਕੇ ਪਹੁੰਚੀਆਂ ਅਤੇ ਜਦੋਂ ਪਹੁੰਚੀਆਂ ਤਾਂ ਪਤਾ ਲੱਗਾ ਕਿ ਲੇਟ ਹੋਣ ਕਰਕੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਅਤੇ ਲੜਕੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸੇ ਵਜ੍ਹਾ ਕਰਕੇ ਇਸ ਤੋਂ ਪਿਛਲਾ ਮੈਚ ਵੀ ਉਹਨਾਂ ਦਾ ਮਿਸ ਹੋ ਗਿਆ ਸੀ। ਉਧਰ ਟੀਮ ਦੇ ਕੋਚ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹ 2 ਤੋਂ 3 ਲੱਖ ਰੁਪਏ ਹਰ ਲੜਕੀ ਦਾ ਖਰਚ ਕਰਕੇ ਵਿਦੇਸ਼ ਖੇਡਣ ਆਏ ਹਨ, ਪਰ ਆਸਟ੍ਰੇਲੀਆ ਵਿੱਚ ਉਹਨਾਂ ਨਾਲ ਪਰਾਇਆਂ ਦੀ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਹੈ। ਪਰ ਲੜਕੀਆਂ ਨੇ ਭਾਰਤ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।